अस्सलाम वालेकुम जी दोस्तों, की हाल चाल है तुहाडे? ठीक ठाक हो, खैर खरीयत दे नाल हो। अज मैं ते राणा साहब निकल आए सी छत वाल, राणा साहब की छत ते। बड़ा अच्छा मौसम सी, पहले तो असी आके इत्थे खाधी बिरयानी, खाना छाना खा के बोतल शोतल पी के, ते मैं राणा साहब ने कहा दोस्त सारे बड़े इंतजार च कि यार सानू टाइम दियो कोई गपशप दा। और राणा साहब अजकल लाइव क्यों नहीं आ रहे? दी ड्रेसिंग भी माशाल्लाह कमाल है। अस्सलाम वालेकुम जी, की हाल चाल है राणा साहब? ठीक हो खरीए? ते दोस्त सारे पुछ रहे थे कि बड़ी देर हो गई तुसी राणा साहब नू लाइव नहीं लैके आए, ते किथे रहे, की करते रहे? मैं कहा जी मैं दोस्तां दी अज फरमाइश भी पूरी करदे आ, नाले थोड़ा जिहा शौक भी करा रहे आ, ते नाले जिहड़ी आ साडी ओह गपशप भी हो जाए। ते सब तो पहले ते रात दा तुसी एक क्लिप जिहा असी लाया सी फेसबुक दे उपर, बड़ा लोगों ने पसंद किया, जिथे अड़ जाए सुई अड़ जाए। तो बड़ा अच्छा दोस्तों ने शागिरदां ने तुहानू प्रोटोकॉल दिता, बड़ा यादगिरी किस्म का। तो कबूतरां नू देख रहे हो तुसी आके, जिहड़े तुसी जेठ वास्ते पुटने ने, की उन्हां जे मतलब ऐड कर रहे हो, की देख रहे हो उन्हां दे अंदर? और बाकी जिहड़े दोस्त आ जिन्हां दे कबूतर हुण पुटण वाले आ जां जिन्हां ने पुट लए आ, ਉਹ ਕੀ ਦੇਖਣਾ ਆਪਣੇ ਕਬੂਤਰਾਂ ਦੇ ਵਿੱਚ? ਸਰ ਜੀ ਅੱਜ ਕੱਲ੍ਹ ਤਾਂ ਥੋੜ੍ਹਾ ਜਿਹਾ ਜਿਹੜੀ ਠੰਡੀ ਹਵਾ ਚੱਲਦੀ ਨਾ ਸ਼ਾਮ ਵੇਲੇ, ਕਬੂਤਰਾਂ ਨੂੰ ਬਸ ਥੋੜ੍ਹੀ ਮਿਹਨਤ ਦਰਕਾਰ ਆ। ਇਹ ਮਸਲ ਕਰੈਂਪ ਹੋ ਜਾਂਦੇ ਇਹਨਾਂ ਦੇ ਠੰਡੀ ਹਵਾ ਦੇ ਵਿੱਚ, ਜਦੋਂ 4:30 ਤੁਸੀਂ ਦਾਣਾ ਪਾਇਆ, ਪਾਣੀ ਪਾਇਆ, ਖੁੱਡੇ ਬੰਦ, ਕਬੂਤਰ ਅੰਦਰ। ਸੁਬਹਾ 8-9 ਵਜੇ ਕੱਢੋ, ਤਾਜ਼ਾ ਪਾਣੀ ਰੱਖੋ, ਪਿਆਓ ਕਬੂਤਰ ਅੰਦਰ। ਉਸ ਤੋਂ ਬਾਅਦ 15 ਦਿਨ ਔਖੇ ਇਹ ਮੁੱਕ ਜਾਣ, ਫਿਰ ਆਪਣਾ ਮਤਲਬ ਅੱਛੀ ਖੁਰਾਕ ਤੇ ਬੰਦੇ ਪਾ ਹੀ ਰਹੇ ਆ। ਤੇ ਮੈਂ ਵੀ ਪਾਇਆ ਰੈਨ ਸਪੈਸ਼ਲ ਦਾਣਾ, ਜੈਨੂਅਨ। ਮੈਂ ਕੋਈ ਤਾਰੀਫ ਨਹੀਂ ਕਰ ਰਿਹਾ ਰੈਨ ਦੀ, ਔਰ ਯਕੀਨ ਕਰੋ ਕਿ ਮੈਂ ਜਿਹੜਾ ਕਬੂਤਰ ਫੜ ਰਿਹਾ ਮਤਲਬ ਇਸ ਤਰ੍ਹਾਂ ਕਰਕੇ ਮੇਰੇ ਹੱਥ ਦੇ ਵਿੱਚ ਆ ਰਿਹਾ, ਜਿਸ ਤਰ੍ਹਾਂ ਇਹਨਾਂ ਨੂੰ ਪੂਰੀ ਚਰਬੀ ਮਤਲਬ ਇਹਨਾਂ ਨੂੰ ਚੜੀ। ਸੁਬਹਾ ਅਸੀਂ ਭੋਰੇ ਪਾਈ ਦੇ ਦੇਸੀ ਘਿਓ ਵਾਲੇ, 10-10 12-12 14-14 20-20 ਇੱਕ ਇੱਕ ਦੇ ਹਿੱਸੇ ਆ ਜਾਂਦੇ ਇਹ ਸਰਦੀ ਪੂਰੀ, ਅਤੇ ਨਾਲ ਉਹ ਦਾਣਾ ਪਾਈਦਾ। ਅਤੇ ਕਹਿਣ ਦਾ ਮਕਸਦ ਇਹ ਹੈ ਕਿ ਮਾਸ਼ਾਅੱਲਾ ਮਾਸ਼ਾਅੱਲਾ, ਮੈਂ ਅੱਗੇ ਤੁਸੀਂ ਵੀ ਇਹ ਗੱਲ ਕੀਤੀ ਕਿ ਕਬੂਤਰ ਮਾਸ਼ਾਅੱਲਾ ਬੜੇ ਫਿੱਟ ਆ, ਜਿੱਥੇ ਮੈਂ ਲੈਣਾ ਚਾਹੁੰਦਾ ਜੀ, ਮੈਂ ਖੁਦ 2 ਮਹੀਨੇ ਬਾਅਦ ਹੀ ਆਇਆ, ਮੇਰਾ ਦਿਲ ਸੀ ਆਈ ਮੈਂ ਕਬੂਤਰਬਾਜ਼ੀ ਕਰਾਂ, ਜ਼ਹਿਨ ਆ ਗਿਆ ਅਤੇ ਮੈਂ ਇੱਧਰ ਨਿਕਲ ਆਇਆ। ਰਾਣਾ ਸਾਹਿਬ ਦਾਣੇ ਦੇ ਵੱਲੋਂ ਇਹ ਨਹੀਂ ਹੈ ਕਿ ਉਹ ਸਾਡਾ ਦਾਣਾ ਜਾਂ ਤੁਹਾਡਾ ਦਾਣਾ ਜਾਂ ਇਹ ਨਹੀਂ, ਹਾਂਜੀ ਆਊਟ ਆਫ ਦੀ ਵੇ ਹੋ ਕੇ ਤੁਸੀਂ ਇਹ ਦੱਸੋ ਕਿ ਕਬੂਤਰਾਂ ਨੂੰ ਤੁਸੀਂ ਪਾਇਆ ਜੈਨ ਸਪੈਸ਼ਲ ਵੀ ਉਦੋਂ, ਅਤੇ ਇਹਦੇ ਰਿਜ਼ਲਟ ਤੁਹਾਡੀ ਤਵੱਕੋ ਦੇ ਮੁਤਾਬਕ ਆਈ ਆ, ਉਸ ਤੋਂ ਵੀ ਅੱਛੇ ਆਏ? ਸਰ ਜੀ ਮੇਰੀ ਤਵੱਕੋ ਤੋਂ ਬਹੁਤ ਜ਼ਿਆਦਾ ਰਿਜ਼ਲਟ ਆਏ, ਅਤੇ ਹੁਣ ਕੋਈ ਬੰਦਾ ਕਬੂਤਰ ਫੜ ਕੇ ਦੇਖੇ ਨਾ ਜੀ, ਮਤਲਬ 4-5 ਦਿਨ ਹੋ ਗਏ ਆ, ਬਾਰਿਸ਼ ਹੀ ਪੈ ਰਹੀ ਆ, ਮਤਲਬ ਕਬੂਤਰ ਪੂਰੇ ਐਕਟਿਵ ਆ, ਆਪਣੀ ਪੂਰੀ ਪਾਵਰ ਗੱਲਬਾਤ ਦੇ ਵਿੱਚ ਆ। ਜਿੰਦਾਬਾਦ ਜਿੰਦਾਬਾਦ, ਸਮਝ ਗਏ ਮੇਰੀ ਗੱਲ ਦੇ ਵਿੱਚ? ਮਤਲਬ ਕੋਈ ਇੱਕ ਅੱਧਾ ਕਬੂਤਰ ਇੰਨੀ ਤਾਦਾਦ ਦੇ ਵਿੱਚ, ਵੈਸੇ ਢਿੱਲਾ ਮੱਠਾ ਹੋ ਜਾਂਦਾ, ਉਹ ਇੱਕ ਅਲੱਗ ਇਸ਼ੂ ਆ, ਲੇਕਿਨ ਵੈਸੇ ਕਬੂਤਰ ਜਿਹੜੇ ਮੇਨ ਜੇਠ ਵਾਸਤੇ, ਉਹ ਮਾਸ਼ਾਅੱਲਾ ਬੜੇ ਫਿੱਟ ਨੇ, ਮਤਲਬ ਪਟਾਈ ਵਾਸਤੇ ਤਿਆਰ ਨੇ ਜਿਹੜੇ ਕਬੂਤਰਾਂ ਨੇ। ਐਜ਼ ਅ ਜੇਠ 'ਚ ਤੁਹਾਡੀ ਮਰਜ਼ੀ ਦੀਆਂ ਰਿਕਾਰਡ ਪਰਵਾਜ਼ਾਂ ਦੇਣੀਆਂ ਨੇ, ਹਾਂਜੀ, ਉਹਨਾਂ ਨੂੰ ਤਾਂ ਜ਼ਰਾ ਪਹਿਲੇ ਕੁਛ ਔਫ ਕਰਾ ਦਿਓ, ਕੋਈ ਇੱਕ ਦੋ ਜਿਹੜੇ ਤੁਹਾਨੂੰ ਤੁੰਨੇ ਉਰੇ ਆਈ ਯਾਰ। ਇੱਕ ਵਾਰ ਯਾਦ ਹੈ ਛੱਤ ਨਵੀਂ ਬਣੀ, ਮੈਂ ਇੱਥੇ ਆਇਆ, ਤੁਸੀਂ ਚੇਤਾ ਚੈਂਪੀਅਨ ਬਣੇ, ਹਾਂਜੀ, ਤੁਸੀਂ ਮੈਨੂੰ ਕਿਹਾ ਗੈਨ ਜਿਨ੍ਹਾਂ ਨੇ ਜੇਠ ਜਿੱਤਣਾ ਯਾਰ, ਉਹਨਾਂ ਦੀਆਂ ਤਸਵੀਰਾਂ 'ਤੇ ਖਿੱਚਾ। ਦੇਖੋ ਜੀ ਮੈਂ ਅੱਲਾ ਕੋ ਡਰ ਕੇ ਕਹਿੰਦਾ, ਅੱਲਾ ਕੋ ਡਰ ਕੇ ਕਹਿੰਦਾ, ਫੈਸਲਾਬਾਦ 'ਚ ਬਹੁਤ ਬਹੁਤ ਅੱਛੇ ਪਲੇਅਰ ਆ, ਬੜੇ ਬੜੇ ਨਾਮਵਰ ਪਲੇਅਰ ਆ, ਇੱਥੇ ਜਿੱਤਣਾ ਬੜਾ ਬਹੁਤ ਔਖਾ ਕੰਮ ਆ, ਮਤਲਬ ਬੜੇ ਲੈਜੈਂਡ ਪਲੇਅਰ ਮੋਤੀ ਵੱਲੋਂ, ਮਤਲਬ ਬਰੀਡਿੰਗ ਵੱਲੋਂ ਸਾਰੇ ਬੰਦੇ ਹੀ ਆਪਣੇ ਆਪਣੇ ਸਿਸਟਮ ਦੇ ਵਿੱਚ ਪੂਰੇ ਨੇ, ਲੇਕਿਨ ਗੱਲ ਇਹ ਆ ਕਿ ਮੈਂ ਫਿਰ ਵੀ ਅੱਲਾ ਕੋ ਡਰ ਕੇ ਕਹਿੰਦਾ, ਮੈਨੂੰ ਆਪਣੇ 'ਤੇ ਇੰਨਾ ਇਤਮਾਦ ਆ, ਮੈਨੂੰ ਦਾਣੇ ਪਾਣੀ 'ਤੇ ਆਪਣੇ ਹੱਥ 'ਤੇ ਆਪਣੇ ਕਬੂਤਰਾਂ 'ਤੇ, ਅਗਰ ਮੌਸਮ ਨਾ ਪਵੇ ਫਿਕਸ ਬਾਜ਼ੀ, ਅਲਹਮਦੁਲਿਲਾ ਅਲਹਮਦੁਲਿਲਾ ਅਲਹਮਦੁਲਿਲਾ, ਅਸੀਂ ਹਰਾਂਗੇ ਨਹੀਂ ਕਿਸੇ, ਇਨਸ਼ਾਅੱਲਾ ਤਾਲਾ। ਅਤੇ ਜੇ ਮਤਲਬ ਕਬੂਤਰ ਉੱਤੇ ਹੋਏ, ਬੱਦਲ ਪੈ ਗਿਆ, ਕਬੂਤਰ ਬਾਰਿਸ਼ ਆ ਗਈ, ਚਲੇ ਗਏ 5-4-7 ਅਤੇ 2-3-4 ਰਹਿ ਗਏ, ਫਿਰ ਉਹੀ ਮਤਲਬ ਕੰਮ ਰਹਿ ਜਾਂਦਾ। ਅਤੇ ਮੇਰੀ ਫਿਰ ਅਪੀਲ ਆ ਪੂਰੀ ਯੂਨੀਅਨ ਕੋ, ਆਪਣੀ ਕੋ, ਕਿਸੇ ਤਰੀਕੇ ਕਬੂਤਰ ਕੋ 5-7 ਨਾਲ ਦਿਓ ਯਾਰ, ਮੌਸਮ ਬਦਲ ਗਏ ਆ, ਅਤੇ ਚਲੋ ਯਾਰ ਪੂਰੇ ਸਾਲ ਦੀ ਮਿਹਨਤ ਹੁੰਦੀ ਆ, ਠੀਕ ਆ 11 ਬਾਜ਼ੀਆਂ ਫਿਕਸ ਕਬੂਤਰਬਾਜ਼ੀ, ਬੜੀ ਅੱਛੀ ਕਬੂਤਰਬਾਜ਼ੀ ਆ, ਇਹਦੇ ਇਹਦੀ ਵਜ੍ਹਾ ਤੋਂ ਫੈਸਲਾਬਾਦ ਦਾ ਨਾਮ ਆ, ਲੇਕਿਨ ਉਹ ਮੌਸਮ ਹੋਰ ਸੀ, ਦੁਨੀਆ ਬਦਲ ਗਈ ਪੂਰੀ, ਦੁਨੀਆ ਦੇ ਮਤਲਬ ਸਾਰਾ ਕੁਛ ਹੀ ਬਦਲ ਗਿਆ, ਚੇਂਜਿੰਗ ਆ ਰਹੀ ਹਰ ਮੌਸਮ ਦੇ ਵਿੱਚ, ਅਤੇ ਥੋੜ੍ਹੀ ਚੇਂਜਿੰਗ ਤੁਸੀਂ ਵੀ ਕਰ ਲਓ, ਤੁਹਾਡੀ ਮਿਹਰਬਾਨੀ ਹੈ, ਸਭ ਲਈ ਮੈਦਾਨ ਇੱਕ ਜੈਸਾ। ਮੈਂ ਟੋਟਲ ਕਬੂਤਰ ਖੋਲਣ ਦੀ ਗੱਲ ਨਹੀਂ ਕਰ ਰਿਹਾ, ਮੈਂ ਸਿੰਪਲ ਇੰਨੀ ਗੱਲ ਕਰ ਰਿਹਾ ਕਿ ਯਾਰ ਤੁਸੀਂ ਮਤਲਬ ਨਾ ਕੋਈ 2-4-5 ਕਬੂਤਰ, ਚਲੋ ਹੌਸਲਾ ਹੁੰਦਾ ਕਿ ਯਾਰ ਸਾਡੇ ਕਬੂਤਰ ਚਲੇ ਗਏ, ਚਲੋ ਅਸੀਂ ਕੋਈ ਨਵੇਂ ਵੀ ਪਾ ਲਾਂਗੇ, ਅਤੇ ਕੰਪੀਟੀਸ਼ਨ ਹੋਵੇ, ਉਡਾ ਕੇ ਕੋਈ ਜਿੱਤੇ, ਕਬੂਤਰ ਚਲੇ ਜਾਣ, ਕੋਈ ਜਿੱਤ ਜਾਵੇ, ਫਿਰ
ਬਸ ਇਸ ਤਰ੍ਹਾਂ ਹੀ ਆ ਫਿਰ ਦਿਲ ਅਦਾਰੀ ਹੁੰਦੀ ਆ ਸਾਡੇ ਵਰਗੇ ਸ਼ਕੀਨਾਂ ਦੀ ਇਸ ਤਰ੍ਹਾਂ ਹੀ ਆ ਟਨੇ ਕੋਈ ਕਬੂਤਰ ਭਾਈ ਵੜ ਕੇ ਲਿਆ ਆ ਖੂਬਸੂਰਤ ਜਿਹੜੇ ਜੇਠ ਵਾਸਤੇ ਉਡਾਣੇ ਮੈਂ ਜੇਠ ਵਾਸਤੇ ਇੱਕ ਮੇਨ ਕਬੂਤਰ ਜਾਂ ਜਿਹੜੇ ਪਿਛਲੇ ਜੇਠ ਉੱਡੇ 8-8 ਵਜੇ ਤੱਕ ਕੋਈ ਬੈਠੇ ਉਹਨਾਂ ਦਾ ਸ਼ੌਕ ਕਰਾ ਦਿਓ ਰਾਣਾ ਰਿਆਜ਼ ਸਾਹਿਬ ਕੀ ਹਾਲ ਜੀ ਰਾਣਾ ਸਾਹਿਬ ਵੀ ਨਾਲ ਨੇ ਜੀ ਰਾਣਾ ਸਾਹਿਬ ਬੂਟ ਤੁਹਾਡੇ ਵਾਲੇ ਹੀ ਨੇ ਹਾਲ ਆ ਰਿਹਾ ਠੱਕਾ ਠੀਕੀ ਕਰ ਰਹੇ ਇਹ ਰਾਣਾ ਸਾਹਿਬ ਨੇ ਉੱਥੋਂ ਜਰਮਨੀ ਤੋਂ ਭੇਜੇ ਜੀ ਰਾਣਾ ਸਾਹਿਬ ਨੇ ਭੇਜੇ ਰਾਣਾ ਮੁੰਨਾ ਭਾਈ ਲਈ ਵੀ ਔਰ ਮੇਰੇ ਲਈ ਵੀ ਨਾਇਕੀ ਦੇ ਇਹਨਾਂ ਨੇ ਭੇਜੇ ਔਰ ਅਸੀਂ ਬੜਾ ਇੰਜੋਏ ਕਰਦੇ ਹਾਂ ਅਕਸਰ ਬਹੁਤ ਬਹੁਤ ਸ਼ੁਕਰੀਆ ਰਿਆਜ਼ ਭਾਈ ਔਰ ਜਿਮੀ ਜਾਨ ਹੁਣ ਸਾਡੇ ਵੱਲ ਦੇਖ ਰਿਹਾ ਜੀ ਸਾਹ ਜੀ ਲਓ ਜੀ ਇਹ ਕਬੂਤਰੀ ਬਾਜੀ ਦੇ ਵਿੱਚ ਸੀ ਮੇਰੀ ਖੂਬਸੂਰਤ ਕਬੂਤਰੀ ਮੇਰੀ ਮੋਸਟ ਫੇਵਰਟ ਕਬੂਤਰੀ ਦੋ ਬਾਰਿਸ਼ ਦੇ ਵਿੱਚ ਚਲੀਆਂ ਗਈਆਂ ਸੀ ਇਹ ਕਬੂਤਰੀ ਸੀ ਇਹ ਬਾਜੀ ਦੇ ਵਿੱਚ ਸੀ ਔਰ ਇਹ ਮੇਰੇ ਮਾਵਤ ਸਾਹਿਬ ਨੇ ਮੈਂ ਕਿਹਾ ਟੁੰਨਾ ਜੀ ਇਹ 4 ਵਜੇ 15-16 ਮਿੰਟਾਂ ਤੋਂ ਹਾਰ ਕੇ ਬਹੀ ਜਾ ਰਹੀ ਹੈ ਕਹਿੰਦਾ ਇਹ ਕਦੀ ਰਾਤ ਨਹੀਂ ਰਹੀ ਜਿਹੜੀ ਮੇਰੀ ਇਹਦੀ ਗੱਲ ਹੋਈ ਅੱਛਾ ਮੈਂ ਕਿਹਾ ਮੈਂ ਸਵੇਰੇ ਖੁਰਾਕ 8 ਦੀ ਜਗ੍ਹਾ 10 ਦੀ ਜਗ੍ਹਾ 11 ਕਰਦੀਆਂ ਗੋਲੀਆਂ ਠੀਕ ਹੈ ਇਹ ਮੇਰੀ ਬਾਜੀ ਦੇ ਵਿੱਚ 11:15 ਬੈਠੀ ਸੀ ਉਸ ਦਿਨ ਬਾਜੀ ਦੇ ਵਿੱਚ 11:15 ਰਾਤ ਨੂੰ ਓਵਰ ਟਾਈਮ ਮੈਂ ਗੱਲ ਕਰਦਾ ਨਹੀਂ ਹੁੰਦਾ ਮੈਂ ਤੇ ਲੋਕਾਂ ਦਾ ਮਜ਼ਾਕ ਉਡਾਉਣਾ ਇਸ ਗੱਲ ਤੇ ਲੇਕਿਨ ਗੱਲ ਕੀਤੀ ਤੇ ਮੈਂ ਇੱਕ ਗੱਲ ਜਿਹਦੀ ਵਜ੍ਹਾ ਤੋਂ ਮੈਂ ਲਮਕੇ ਆ ਬਾਜੀ ਚ ਇਹ ਉਸਤਾਦ ਨੂੰ ਉਹਨਾਂ ਨੇ ਮੈਨੂੰ ਜੀ ਕਬੂਤਰੀ ਦਿਖਾਈ ਆ ਦੋ ਕਬੂਤਰੀਆਂ ਦਿਖਾਈਆਂ ਆਹ ਕਬੂਤਰੀ ਮੇਰੇ ਹੱਥ ਆਈ ਕਹਿੰਦੇ ਇਹ ਵੱਡੀ ਘਿਓ ਮੈਂ ਕਿਹਾ ਉਹ ਵੀ ਲਿਆ ਤੇ ਦੂਜੀ ਵੀ ਲਿਆ ਮੈਂ ਕਿਹਾ ਉਸਤਾਦ ਜੀ ਕਬੂਤਰੀਆਂ ਦੋਨੋਂ ਇੱਕੋ ਜਿਹੀਆਂ ਇਹਦੇ ਵਿੱਚ ਪਾਵਰ ਉਹਦੇ ਨਾਲੋਂ ਥੋੜ੍ਹੀ ਜ਼ਿਆਦਾ ਅਤੇ ਅਲਹਮਦੁਲਿਲਾ ਜੇਠ ਦੀ ਬਾਜੀ ਦੇ ਵਿੱਚ ਬੜੀ ਉੜੀ ਮੈਂ ਤੁਹਾਨੂੰ ਕੁੰਦੇ ਦਾ ਵੀ ਸ਼ੌਕ ਕਰਾਉਣਾ ਬਾਹਰ ਦੇ 3 ਦੇਖ ਲਓ ਬਾਕੀ ਅੰਦਰ ਦੇ ਪਰਾਂ ਦੀ ਤਰਤੀਬ ਦੇਖ ਲਓ ਟੁੰਨੇ ਤੂੰ ਮੋਬਾਈਲ ਫੜ ਇੱਧਰ ਆ ਕੇ ਲਓ ਜੀ ਅੱਜ ਕੈਮਰਾਮੈਨ ਉਸਤਾਦ ਸ਼ਾਹ ਟੁੰਨਾ ਸਾਡਾ ਅੱਗੇ ਅੱਲਾ ਹੀ ਹਾਫਜ਼ ਇੱਧਰ ਆ ਟੁੰਨੇ ਜਿੱਥੇ ਮੈਂ ਤੁਹਾਨੂੰ ਕਹਿਣਾ ਨਾ ਬਸ ਤੂੰ ਉੱਥੇ ਰੱਖਣਾ ਜੀ ਇੱਧਰ ਇੱਧਰ ਲਓ ਜੀ ਦੋਸਤੋ ਇਹ ਰਾਣਾ ਸਾਹਿਬ ਨੇ ਕਬੂਤਰੀ ਦਾ ਸ਼ੌਕ ਕਰਾਇਆ ਸੀ ਮੈਨੂੰ ਪਹਿਲੇ ਉਹਦੇ ਉੱਤੇ ਕਲਿੱਕ ਕਰ ਕਬੂਤਰ ਕਲਿੱਕ ਕਰ ਓਕੇ ਓਕੇ ਕਲਿੱਕ ਕਰੋ ਸਰ ਕਿਆ ਬਾਤ ਰਾਣਾ ਸਾਹਿਬ ਇਹਦੇ 'ਚ ਕਿਹੜੇ ਕਿੰਨੀਆਂ ਪਰਵਾਜ਼ਾਂ ਇਹਦੀਆਂ ਸ਼ਾਮ ਦੀਆਂ ਨੇ ਵੈਸੇ ਸਾਦਾ ਫੜਕਾਂ ਅਤੇ ਜੇਠ ਦੇ ਵਿੱਚ ਇਹਦਾ ਕੀ ਰਿਜ਼ਲਟ ਹੈ ਜੈਨ ਭਾਈ ਇਹ ਉਹ ਕਬੂਤਰ ਤੁਹਾਨੂੰ ਮੈਂ ਦਿਖਾ ਰਿਹਾ ਕਿ ਜਿਹੜੇ ਜੇਠ ਦੇ ਵਿੱਚ ਜਦੋਂ ਬਹੁਤ ਹਾਰਡ ਵੇਵ ਚੱਲੀ ਨਾ ਫੈਸਲਾਬਾਦ ਦੇ ਵਿੱਚ ਅਤੇ ਬੜੇ ਬੜੇ ਨਾਮਵਰ ਕਬੂਤਰਾਂ ਨੇ ਪਾਣੀ ਰੋਕਿਆ ਜੀ ਇਹ ਉਹ ਦੋ ਕਬੂਤਰੀਆਂ ਨੇ ਜਿਹੜਾ ਮੈਂ ਤੁਹਾਨੂੰ ਸ਼ੌਕ ਕਰਵਾ ਰਿਹਾ ਕਿ ਇੰਝ ਸੋਟੀ ਲਾਈ ਆ ਅਤੇ ਡੱਕੀਆਂ ਨਹੀਂ ਗਈਆਂ ਉੱਪਰ ਥੱਲੇ ਉੱਪਰ ਥੱਲੇ ਇਤਨੇ ਫਿੱਟ ਇੰਝ ਪਾਣੀ ਦਿੱਤਾ ਪਾਣੀ ਤੋਰਿਆ ਵਿੱਠ ਮਾਰੀ ਉਹ ਖੁਰਾਕ ਮੰਗਣ ਲੱਗ ਪਏ ਇਹ ਉਹ ਕਬੂਤਰ ਨੇ ਜੀ ਦੋਸਤੋ ਫਿਟਨੈਸ ਦਾ ਤੁਹਾਨੂੰ ਮੈਂ ਹੁਣ ਇੱਕ ਤੁਹਾਡੇ ਨਾਲ ਨਕਸ਼ਾ ਸ਼ੇਅਰ ਕਰਦਾ ਤੁਸੀਂ ਦੇਖੋ ਇਹ ਮੇਰਾ ਹੱਥ ਹੈ ਇਹ ਪੂਰਾ ਇਹਨੂੰ ਇੱਧਰੋਂ ਪਾ ਲਿਆ ਇੱਧਰੋਂ ਕੋਈ ਚੀਜ਼ ਨਜ਼ਰ ਨਹੀਂ ਆ ਰਹੀ ਆਹ ਦੇਖੋ ਪੂਰਾ ਹੱਥ ਬੰਦ ਆ ਯਾਨੀ ਕਿ ਇਹਦੀ ਮੋਟਾਈ ਗੁਲਾਈ ਚਰਬੀ ਪੂਰੀ ਕਬੂਤਰਾਂ ਦੇ ਉੱਤੇ ਚੜ ਗਈ ਹੈ ਇਹੀ ਚਰਬੀ ਨੇ ਇਹਨਾਂ ਨੂੰ ਪਾਵਰ ਦੇਣੀ ਇਹਦੇ ਨਾਲ ਹੀ ਇਹਨਾਂ ਨੇ ਆਪਣੇ ਪਰਾਂ ਨੂੰ ਦੁਬਾਰਾ ਲੈਸ ਕਰਨਾ ਔਰ ਆਪਣੀ ਅਸਲ ਸ਼ੇਪ ਦੇ ਵਿੱਚ ਵੀ ਇਹਨਾਂ ਨੇ ਆਉਣਾ ਇਹਦੇ ਨਾਲ ਜੀ ਉਸਤਾਦ ਜੀ ਤੁਸੀਂ ਦਿਖਾਓ ਲਓ ਜੀ ਇਹ ਹੌਟ ਫੇਵਰੇਟ ਕਬੂਤਰੀ ਆ ਇਹਦੇ ਪਰਾਂ ਦਾ ਬੰਦੇ ਨੂੰ ਸਕਰੀਨਸ਼ਾਟ ਲੈਣਾ ਚਾਹੀਦਾ ਇਹਦੇ ਪਰਾਂ ਦੀ ਲੈਂਥ ਨੂੰ ਫੋਲੋ ਕਰਨ ਡਬਲ ਕਲਿੱਕ ਫੇਰ ਕਰ ਦਿਓ ਡਬਲ ਕਲਿੱਕ ਦੋ ਵਾਰੀ ਇਹਦੀ ਲੈਂਥ ਤੁਸੀਂ ਦੇਖ ਸਕਦੇ ਆ ਪਰਾਂ ਦੀ ਤਰਤੀਬ ਦੇਖ ਸਕਦੇ ਆ ਇਹਦਾ ਬੜਾ ਹੀ ਆਈਡੀਅਲ ਬੜਾ ਹੀ ਜ਼ਬਰਦਸਤ ਕਿਸਮ ਦਾ ਇਹਦਾ ਸਾਈਜ਼ ਆ ਉੱਤੇ ਆ ਜਾਵਾਂ ਵਾਪਸ ਇੱਥੇ ਬਸ ਦੇਖ ਰਹੇ ਹੋ ਜੀ ਪਿਆਰਿਓ ਬੜਾ ਹੀ ਫਨਕਾਰੀ ਦੇ ਨਾਲ ਜਿਹੜਾ ਨਾ ਇਹ ਕਲਿੱਕ ਕਰੋ ਅੱਖ ਦਾ ਸਾਈਜ਼ ਦੇਖ ਲਓ ਕਿੱਡਾ ਵੱਡਾ ਪਲਕਾਂ ਦੀ ਬਰੀਕਪਨ ਦੇਖ ਲਓ ਕਿੰਨਾ ਕੁ ਅੱਗੇ ਦੇਖੋ ਕਿੰਨੀ ਹੈ ਰੇਸਰ ਕਬੂਤਰਾਂ ਤਰ੍ਹਾਂ ਅੱਗੇ ਦੇਖੋ ਕਿੰਨੀ ਹੈ ਅਤੇ ਪਿੱਛੇ ਦੇਖੋ ਕਿੰਨੀ ਹੈ ਮਾਸ਼ਾਅੱਲਾ ਛੱਡੋ ਜੀ ਇਹ ਬੱਚੇ ਛੱਡੇ ਹੋਏ ਨੇ
बच्चे छड़े ने, कुछ बच्चे उड़दे भी पे ने, फिरदे भी पे ने। सुनिया तो मेरे वाला ही फिरन दिया जिहड़ा सब तो चंगा फिर रहा। ਤੁਨੇ ਨੂੰ ਐਤਕੀ ਦਿੱਤੇ ਨੇ ਜੀ ਬੱਚੇ, ਇਨਸ਼ਾਅੱਲਾ ਮੇਰੇ ਬੱਚੇ ਬਾਜ਼ੀ ਚ ਆਣਗੇ, ਤੁਹਾਨੂੰ ਦੋਸਤਾਂ ਨੂੰ ਦਿਖਾਵਾਂਗੇ। ਹੁਣ ਤੇ ਉੱਤੇ ਆ, ਨਹੀਂ ਤੇ ਮੈਂ ਤੁਹਾਨੂੰ ਹੁਣੀ ਨਿਸ਼ਾਨੀ ਲਵਾ ਦੇਣੀ ਸੀ ਲਾਈਵ ਹੀ, ਕਿ ਅੱਲਾ ਦੀ ਰਹਿਮਤ ਦੇ ਨਾਲ ਪਰਫਾਰਮੈਂਸ ਆਣਾ ਉਹਨਾਂ ਦੀ, ਤੁਹਾਨੂੰ ਸਾਰੇ ਦੋਸਤਾਂ ਨੂੰ ਦਿਖਾਣਾ। ਲੋ ਜੀ, ਇਹ ਨੇ ਸਾਡਾ ਬ੍ਰੈਂਡ ਔਰ ਇਹ ਸਾਡਾ ਮਾਰਕਾ ਜੀ, ਸਾਜ ਸ਼ੌਕ ਕਰਾਓ ਇਹਦਾ। ਜੀ ਦੋਸਤੋ, ਬੜੀ ਫਰਮਾਇਸ਼ ਸੀ ਦੋਸਤਾਂ ਦੀ, ਸਾਹ ਜੀ ਦੀ ਨਿਸ਼ਾਨੀ ਲੱਗੀ ਅੱਖ ਦੇ ਵਿੱਚ। ਸਾਹ ਜੀ, ਇਹ ਨਿਸ਼ਾਨੀ ਦਾ ਵੀ ਥੋੜ੍ਹਾ ਜਿਹਾ ਲੋਕਾਂ ਨੂੰ ਦੱਸ ਦਿਓ, ਚਲੋ ਅੱਜ ਦੀ ਇਸ ਲਾਈਵ ਦੀ ਵਿਸਾਦਤ ਨਾਲ ਦੋਸਤਾਂ ਦਾ ਭਲਾ ਵੀ ਹੋ ਜੇ। ਲੋਈ, ਜਿਹੜੀ ਅੱਖ ਦੇ ਵਿੱਚ ਤਿਲ ਆ ਜੇ ਨਾ ਜੀ, ਉਹ ਕਬੂਤਰ ਮਤਲਬ ਗੱਲ ਤਾਂ ਕੋਈ ਹੋਰ ਹੀ ਬਣ ਜਾਣੀ ਹੈ, ਇਹ ਸੋਸ਼ਲ ਮੀਡੀਆ ਵਾ। ਮਤਲਬ ਲੇਕਿਨ ਐਸੀ ਮੋਹਰ ਆ ਕਿ ਮੇਰੇ ਖਿਆਲ ਦੇ ਮੁਤਾਬਕ ਜੋ ਮੈਂ ਦੇਖਦਾ ਆਇਆ ਜ਼ਿੰਦਗੀ 'ਚ, ਮਤਲਬ ਮਾਲਕ ਦੇ ਬਹੁਤ ਜ਼ਿਆਦਾ ਵਫ਼ਾਦਾਰ ਹੁੰਦੇ, ਮੀਂਹ ਹਨੇਰੀ ਦੀ ਵੀ ਘਰ ਹੀ ਆਉਂਦੇ ਆ ਇਹ ਕਬੂਤਰ। ਇਹਨਾਂ ਦੇ ਜਾਣ ਦੀ ਸ਼ਰ੍ਹਾ ਬਹੁਤ ਘੱਟ ਹੁੰਦੀ, ਤੁਹਾਡੇ ਕੋਲ ਹੀ ਮਰਨਗੇ ਯਾਨੀ ਕਿ ਜਿਹੜੀ ਅਸੀਂ ਗੱਲ ਸੁਣੀ, ਜਿਹੜੀ ਅੱਖ 'ਚ ਤਿਲ ਆ ਜੇ। ਹਾਂਜੀ, ਯਾਨੀ ਕਿ ਉਹਦੀ ਜ਼ਾਇਆ ਹੁੰਦੀ ਰੇਸ਼ੋ ਬਹੁਤ ਘੱਟ ਬਹੁਤ ਘੱਟ ਹੁੰਦੀ ਜੀ। ਠੀਕ ਹੋ ਗਿਆ। ਇਹ ਕਬੂਤਰੀ ਮੈਂ ਡਰਦੇ ਡਰਦੇ ਰਹਿਣ ਭਾਈ ਆਖਰੀ ਕੱਪ 'ਚ ਪਾਈ ਸੀ, 6-44 ਦੇ ਪੂਰੇ ਸ਼ਹਿਰ ਨੂੰ ਵਿਨ ਕਰਕੇ ਬੈਠੀ, ਇਹਦੀ ਵੀਡੀਓ ਵੀ ਚੜ੍ਹੀ ਹੈ ਅਤੇ ਹੈ ਤਾਂ ਮੇਰੀ ਡੇਟ ਵਾਲੀ ਹੈ। ਅਤੇ ਜਿਸ ਦਿਨ ਇਹਦਾ ਕੁੰਡਾ ਲੱਗਾ ਨਾ ਸਾਡੇ ਕੋਲ ਯਾਰ, ਕੁੰਡੇ ਲੱਗੇ ਜੇ 5 ਵਜੇ ਬਹਿੰਦੀ ਹੈ। ਵਾਹ ਵਾਹ ਵਾਹ। ਇੱਕ ਸਾਈਡ ਤੋਂ ਨਾ, ਅਤੇ ਇਹ ਕਬੂਤਰੀ ਲਾਲ ਬੁੱਲੀਆਂ ਵਾਲੀ ਹੈ ਜੀ, ਇਹਦਾ ਕੁੰਡਾ ਬਾਹਰੋਂ ਝਾੜੇ ਨੇ। ਮਾਸ਼ਾਅੱਲਾ, ਓਕੇ ਹੋ ਗਿਆ। ਆਪਣਾ ਫੋਨ ਤਾਂ ਕੱਢ ਕੇ ਦੇ ਦਿੰਦਾ, ਇੱਥੇ ਦੇਖੀ ਰਿਜ਼ਲਟ ਨਾਲ ਨਾਲ ਕਲੀਅਰ ਹੁੰਦਾ ਰਹੇਗਾ, ਪਤਾ ਲੱਗਦਾ ਰਹੇਗਾ। ਦੋਸਤੋ, ਕੱਲ੍ਹ ਇਨਸ਼ਾਅੱਲਾ ਤੁਹਾਡੇ ਨਾਲ ਸਿਆਲਕੋਟ ਵੀ ਅਸੀਂ ਮੁਲਾਕਾਤ ਕਰਨੀ ਹੈ, ਇੱਕ ਦੋ ਕਬੂਤਰ ਤੁਹਾਨੂੰ ਹੋਰ ਦਿਖਾਉਂਦਾ ਮੈਂ ਖੁੱਡਿਆਂ ਦੀ। ਮਾਸ਼ਾਅੱਲਾ, ਤੁਸੀਂ ਦੇਖ ਲਓ ਸਫਾਈ ਕਿੰਨੀ ਅੱਛੀ ਸ਼ਾਹਦ ਭਾਈ ਨੇ ਕੀਤੀ ਹੈ, ਔਰ ਕਬੂਤਰਾਂ ਦਾ ਕੇਅਰਿੰਗ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਆ। ਨੋ ਡਾਊਟ ਕਿ ਇੰਸਟਰਕਸ਼ਨ ਸਾਰੀ ਜਿਹੜੀ ਆ ਕਾਸ਼ਿਪ ਭਾਈ ਦੀ, ਮੁੰਨਾ ਭਾਈ ਦੀ ਹੁੰਦੀ ਹੈ, ਲੇਕਿਨ ਅੱਗੇ ਕੰਮ ਕਰਨਾ ਔਰ ਕੰਮ ਨੂੰ ਇਹੋ ਜਿਹਾ ਕਰਨਾ ਕਿ ਦੁਬਾਰਾ ਕਰਨਾ ਨਾ ਪਵੇ, ਇਹ ਬੜੀ ਖਾਸ ਗੱਲ ਹੈ। ਇਨਸ਼ਾਅੱਲਾ ਤੁਹਾਨੂੰ ਸ਼ੌਕ ਕਰਾਉਣੇ ਮਜ਼ਾ ਆਏਗਾ, ਪਤਾ ਲੱਗਦਾ ਰਹਿੰਦਾ ਨਾ ਰਿਜ਼ਲਟ ਦਾ ਫਿਰ ਸਾਰਾ। ਤੁਹਾਨੂੰ ਹੋਰ ਲਿਆ, ਤੁਹਾਨੂੰ ਕੋਈ ਲੱਖਾ ਲਿਆ ਯਾਰ, ਕੋਈ ਲੱਖ ਹੀ ਲਿਆ। ਅਠਾਸੀ ਲੱਖ ਆ, 2 ਨੰਬਰ ਲੱਖ ਆ। 34 ਦੀ ਕੋਈ ਭੈਣ ਲੈ ਆ, ਜੀ ਬੱਚੇ ਵੜ ਗਿਆ ਸਮਾਨ ਦੇ ਵਿੱਚ, ਦੇਖੋ। ਦੇਖੋ ਬੱਚਾ ਫਿਰ ਕਿਆ ਬਾਤ, ਬੱਝਾ ਇਹ ਬੱਝਾ ਜੇ ਇਹ ਹੀ ਰਹਿਣ ਤੇਰੇ ਆ ਲੱਗਦਾ, ਪਰ ਇਹਦੇ ਉੱਤੇ ਮੇਰੇ ਆ ਰਹਿ ਕੋਈ ਗੱਲ ਨੀ ਸਰ ਜੀ, ਉਹਨੇ ਬਹਿ ਜਾਣਾ, ਇਹਨੇ ਫਿਰਦਾ ਰਹਿਣਾ। ਨਾਲ ਹੀ ਚੱਲ ਗਈ ਫੋਰਨ। ਜੀ ਸਰ ਜੀ, ਇਹ ਟੋਟਲ ਕਬੂਤਰ ਹਨੇਰੇ ਦੇ ਲੱਗੇ ਪਾਕਟ। ਆ ਗਈ, ਇਹ ਤੇ ਸਿਗਨਲ ਇਸ਼ੂ ਆ ਥੋੜਾ ਜਿਹਾ। ਚਲੋ ਦਿਖਾਓ ਫਿਰ ਸ਼ੌਕ ਕਰੋ। ਇਹ ਲੱਖ ਆ ਕਬੂਤਰ ਜੀ, ਇਹ ਉਹ ਕਬੂਤਰ ਮੈਂ ਦਿਖਾ ਰਿਹਾ ਜਿਹੜੇ ਟੁੰਨਿਆ ਡਿਵਾਈਸ 'ਤੇ ਰਹੇ ਯਾਰ, ਕੁਰਸੀ ਰੱਖ ਕੇ ਲਾ ਕੇ ਪੁੱਟਰ।
आ गया जी। दसवीं आ रही है। सिग्नल का इतने बड़ा इशू है जी डेरे से। बारिश बैठा 5:44 आइडियल पर मालिक है, फोन भी चंगा। केड़ा दिखाना जी दसो। अच्छा जी पागल, वाह क्या बात है पागल, किस तो उत्ते नहीं है। हाँ जी ये तो उत्ते कबूतर नहीं है। हाँ जी ये पागला ने पागल ना रखे यार एक किन्ना का पागल होएगा अंदाजा लाओ समझे मेरी का कुंडा खोलो। वाह 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 माशाल्लाह माशाल्लाह नजर ही आ रहे हैं। यकीन करो बैड लक की गल है, ये लकड़ ने दो टोटे करते आखिरी फर्क। अच्छा जी एस डेट ये लाखे ने मेरे 17 नंबर है, 34 नंबर की भैन 17 नंबर नार है। ए देखो डोम आ गई हुई डोम वही है हैं। इंशाल्लाह इंशाल्लाह ताला मेरा किंग कबूतर है पागल, जेदा नाम पागला ने पागल रखे है। ठीक हो गया ए देखो मेरा शौक कराओ दोस्तों नु जेठ का बादशाह कबूतर है माशाल्लाह। जी देखो ऐसी गल है इस कबूतर दे विच मतलब सामने भी रह गया ते इने 5 ही बजाए आ मतलब 9-10 बजे रगड़े रुगड़े खांदा डुब गया ते 5 बजे ही निकले। सुभान अल्लाह माशाल्लाह इंशाल्लाह इस बारी ये 3 साल का हो गया मोस्ट फेवरेट कबूतर इस टाइम है पागल है जी। और मेरा ख्याल है चैंपियनशिप जित लेगा इस दफा जी जरूर इंशाल्लाह। ਤੁਹਾਨੂੰ ਕੀ ਲੱਗ ਰਿਹਾ ਕੁੰਡੇ ਤੋਂ ਇਨਸ਼ਾਅੱਲਾ ਮੈਂ ਤੇ ਪਹਿਲੇ ਮੈਂ ਕਿਹਾ ਨਹੀਂ ਵੇਖ ਰਹੇ ਸਾਰੇ ਇਹ ਦੀ ਅੱਖ ਆ ਜੀ ਇਹ ਲੱਖੇ ਦੇ ਕਮੱਗਰ ਹੀ ਸਮਝ ਲਓ 17 ਨੰਬਰ ਕਬੂਤਰ ਆ ਮੇਰੇ ਮਾਸ਼ਾਅੱਲਾ ਲੋ ਇੰਨੀ ਪਲੇਨ ਅੱਖੀ ਇੱਥੇ ਚੱਲਦੀ ਆ ਫੈਸਲਾਬਾਦ ਦੀ ਜ਼ਰੇਦਾਰ ਜ਼ਰੇਦਾਰ ਅੱਖ ਇਹ ਹਲਕੀ ਜਿਹੀ ਮੈਲੀ ਅੱਖ थोड़ी प्रॉब्लम जरूर कर दी है इतने लेकिन यह जी अख ने जवाब नहीं रिजल्ट दे रही और ढावी के बच्चे भी बहुत आला कबूतर रहा है। तो बाकी लास्ट मेरी यही रिक्वेस्ट है अपनी यूनियन तो कि यार 5 कबूतर ही छूट दे दो जेठ की बाजी जेठ की बाजी
क्योंकि मौसम चेंज हो गया, देखो बदल चढ़िया इन करके लंघ गया, ये बदल लंघ गया, जेडे डुबे कबूतर किस्मत नहीं आने, किस्मत ना आने, ते सब वास्ते इको जे ही है। ते चलो यार को लोकी सानू फिर गल्लां करदे, उहदा फायदा कोई नहीं, मतलब कोई सानू चार पांच कबूतरां दा एज मिल जाए तो चलो शौक अच्छा हो जाए, अच्छा हो जाए, ठीक हो गया सब। बहुत बहुत शुक्रिया तमाम दोस्तों का, बहुत शुक्रिया देखने वालों का, दुआ करने वालों का। ते नैक्सट डेट आ रहा है, सॉरी चेतर आ रहा, साडी दुआ करना, बीमारी तो बचे रहिए, वायरस तो बचे रहिए, इंशाअल्लाह ताला एक दो सीजन मैं कोई तवज्जो नहीं दी, लेकिन इस दफा मेरी है, तो चेतर उ पावर ना वजा इंशाअल्लाह ताला जी ना, पहले मैं आंदा रहा, पहला भी रात नू ते आखरी भी रात नू, पाइंटन पाक दा अस्सलाम वालेकुम। लो जी दोस्तों, उम्मीद है तुहानू मजा आया होगा राणा साहब।